बिस्मिल्लाह रहमान रहीम। अस्सलाम वालेकुम। कैसे हैं मेरे बहन भाई? उम्मीद कर दी है कि मेरे बहन भाई सब खुश होंगे, आबाद होंगे। अल्लाह ताला मेरे बहन भाइयों को खुश रखे, आबाद रखे। ऐसी प्यारी सी दुआ नाल आज दे व्लॉग दा कर दी है गाज। जिन्ना मेरे बहन भाइयों ने प्यारी बेटियां चैनल सब्सक्राइब नहीं किया, सब्सक्राइब कर लो, बैल का बटन प्रेस कर लो, ताकि आने वाली वीडियो पर वक्त मेरे बहन भाइयों तक पहुँचती रहे। अच्छा जी, अज का व्लॉग इस तरह। सवेरा बेटी उठ गई है तो हानिया सामिया ने बिठा दी है पिछे पाँ वो। हानिया सामिया उठ जाओ बेटे, हादिया उठ जाओ। तो सवेरा बेटी उठ गई तो जमशेद बेटा माशाल्लाह नमाज के टाइम चल गया सी मस्जिद, पाड़ा पढ़ना हों फिर टाइम नहीं चल गया सी। माशाल्लाह शौक ना मेरा बेटा नमाज पढ़ता, शौक ना जाता बस मगरब के टाइम भी नमाज पढ़न जाते। तो हूँ भी नमाज के टाइम चले गया सी, पर खुद ही तैयार हो के वर्दियाँ रात में मैं सिर करके पै गई सी, तो खुद ही तैयार होकर चल गया सी। तो हूँ स्कूल जाने लगे अपने भैन भाइया अपने बेटे को शेयर करूँगी नाल। तो क्या हूँ बच्चे तैयार कर दी है तो अपने भैन भाइया शेयर कर दी। अज बेटा तो आप टीचर को लाऊंगी ना छुट्टी में, नंबर हैगा वो दे दूंगी टीचर को। स्कूल आ जाओ मम्मी को लेके, स्कूल ते मेरे पुत्र पता नहीं टाइम लगता कि नहीं, काम दे रहे फोन ते पूछ लूंगी भी इन्हें छुट्टी दे देवे जब भी जब मेरा रात में पेपर है। तो फिर मेरा हर साइड का पेपर कहूंगी ना भी वो पेपर करा के फिर करा दे बेटा 11 बजे खत्म जाए, फिर एक पेपर एक दिन बाद करा लेंगे, करा लें जुम्मे रात में जुम्मे को करा लें, जा फिर पेपर करा के तो फिर छुट्टी दे देंगे खत्म। आसी करूंगी फोन टीचर की कहती सवेरा बेटी नहीं तैयार कर वर्दियां तो आपे पा लें माशाल्लाह पुटिया वर्दियां मेरा बेटी ने तैयार हानी मुका दिता तैयार हादिया अल्लाह का शुक्र है बेटा मेरा माशाल्लाह आपे तैयार हो गया, चल जाते भी हो जाती आपे तैयार, बस इन्हों का सिर होना पड़ता माशाल्लाह आपे तैयार हो चल जाता दस बारह पढ़न दिता ना हादिया होने चल जाए शाम को 3 बजे तो जमशेद बेटा सुबह मिल जाए तू बड़ी
ਜਮਸ਼ੇਦ ਬੇਟਾ ਆ ਗਿਆ ਸੀ ਸਕੂਲੋਂ ਤੇ ਸਾਮੀਆਂ ਸੌ ਗਈ ਹੈ ਭਾਬੀ ਤੇ ਤਸਲੀਮ ਕੋ ਬਾਜ਼ਾਰੋਂ ਕੰਮ ਵਾਲੇਕਮ ਸਲਾਮ ਮਾਸ਼ਾਅੱਲਾ ਫਿਰ ਬੇਟੀਆਂ ਵੀ ਆ ਗਈਆਂ ਮਾਸ਼ਾਅੱਲਾ ਪੇਪਰ ਸਹੀ ਹੋਇਆ ਸੀ ਬੇਟੇ ਠੀਕ ਹੋਇਆ ਸੀ ਪੇਪਰ ਬੇਟਾ ਜਦੋਂ ਮੈਂ ਗਈ ਸੀ ਤੁਸੀਂ ਪੇਪਰ ਕਰਨ ਦਈਆਂ ਸੀ ਠੀਕ ਆ ਗਿਆ ਸੀ ਅੱਛਾ ਚਲੋ ਠੀਕ ਹੈ ਯੂਨੀਫਾਰਮ ਉਤਾਰੋ ਕੱਪੜੇ ਪਾਵੋ ਫਿਰ ਤੁਹਾਨੂੰ ਲੰਚ ਕਰੀਏ ਵਾਲੇਕਮ ਸਲਾਮ ਆ ਗਿਆ ਮੇਰਾ ਬੇਟਾ ਹਾਂਜੀ ਅਸਲਾਮ ਅਲੈਕਮ ਪੇਪਰ ਹੋਇਆ ਬੇਟੇ ਅੱਜ ਸੁਬਹ ਹੋਣਾ ਚਲੋ ਮੇਰਾ ਬੇਟਾ ਯੂਨੀਫਾਰਮ ਲਾਓ ਤਾਂ ਪੈਂਟ ਸ਼ਰਟ ਕੱਢ ਕੇ ਰੱਖੀ ਬੈਲਟ ਲਾ ਕੇ ਉਹ ਪਾ ਲਾ ਅੱਛਾ ਉਹ ਵੀ ਬਾਹਰ ਵੱਡੇ ਮੰਜੇ 'ਤੇ ਪਈ ਚੱਲ ਲਾ ਲਾ ਮੇਰਾ ਬੇਟਾ ਜਾ ਕੇ ਯੂਨੀਫਾਰਮ ਬੱਚੇ ਤਿਆਰ ਹੋ ਗਏ ਆ ਅਤੇ ਬੱਚੇ ਹੁਣ ਚੱਲੇ ਆ ਸਕੂਲੇ ਅਤੇ ਰਹਿ ਗਿਆ ਹਮਜ਼ਾ ਹੁਣੀ ਇਹ ਹਜੇ ਨਾਸ਼ਤਾ ਦਿਆ ਕਰਨ ਇਹਨਾਂ ਨੇ ਹਜੇ ਬਾਅਦ 'ਚ ਜਾਣਾ ਅਤੇ ਪਹਿਲਾਂ ਸਵੇਰਾ ਹੁਣ ਚੱਲੀ ਹਾਂ ਚਲੋ ਚਲੋ ਠੀਕ ਆ ਬਸ ਜਾਓ ਸਕੂਲੇ ਅੱਛਾ ਜੀ ਤਸਲੀਮ ਅਤੇ ਭਾਬੀ ਆ ਗਿਆ ਚੀਜ਼ਾਂ ਲੈ ਕੇ ਜਿਹੜੀਆਂ ਜ਼ਰੂਰਤ ਦੀਆਂ ਸੀ ਅਤੇ ਹੁਣ ਥੱਕੀਆਂ ਹੋਈਆਂ ਮੇਰੀ ਭਾਬੀ ਅਤੇ ਮੇਰੀ ਛੋਟੀ ਭੈਣ ਹੁਣ ਮੈਂ ਇਹਨਾਂ ਨੂੰ ਚਾਹ ਬਣਾ ਕੇ ਪਿਲਾਉਂਦੀ ਹਾਂਜੀ ਚਾਹ ਭਾਬੀ ਤੁਹਾਨੂੰ ਪਿਲਾਉਂਦੀ ਅਤੇ ਚਾਹ ਪਿਲਾ ਕੇ ਫਿਰ ਮੇਰਾ ਨਮਾਜ਼ ਦਾ ਟਾਈਮ ਹੋ ਜਾਣਾ ਪੜ੍ਹਦੀ ਹਾਂ ਅਤੇ ਚਾਹ ਬਣਾ ਕੇ ਫਿਰ ਨਮਾਜ਼ ਪੜ੍ਹ ਕੇ ਬਾਕੀ ਜੋ ਵੀ ਸੀ ਉਹਨੂੰ ਆਪਣੇ ਭੈਣ ਭਾਈਆਂ ਨੂੰ ਸ਼ੇਅਰ ਕਰਾਂ ਅਤੇ ਮਿੱਠਾ ਪਾਤਾ ਨਹੀਂ ਸਾਡਾ ਪਾ ਕੇ ਹੁਣ ਅਸੀਂ ਦੂਧ ਐਡ ਕਰ ਦਿੰਦੇ ਚਾਹ ਗਈਆਂ ਸੀ ਕੁਛ ਸਮਾਨ ਲੈਣ ਭਾਬੀ ਅਤੇ ਤਸਲੀਮ ਅਤੇ ਮੈਂ ਕਿਹਾ ਚਾਹ ਬਣਾ ਕੇ ਦਿੰਦੀ ਇਹਨਾਂ ਸੁਬਹਾ ਮਹਿਮਾਨ ਵੀ ਉਹਨੇ ਸ਼ੁਰੂ ਆ ਜਾਣੇ ਇੱਕ ਦਿਨ ਅੱਜ ਬਹੁਤ ਕੰਮ ਆ ਸੁਬਹਾ ਦੇ ਬਸ ਕੰਮ ਦੇ ਕੁਛ ਕੁ ਭੈਣ ਭਾਈਆਂ ਨਾਲ ਸ਼ੇਅਰ ਕਰ ਹੋ ਗਏ ਕੁਛ ਨਹੀਂ ਹੋਏ ਸੁਬਹਾ ਦੇ ਕੇ ਨਾਲ ਤਾਂ ਬਸ ਮਸਰੂਫ ਆ ਬੱਚਿਆਂ ਦੀਆਂ ਕੱਪੜੇ ਤਿਆਰ ਕਰਕੇ ਰੱਖ ਘਰ ਦੀਆਂ ਬਾਅਦ ਜਿਹੜੇ ਬਾਅਦ ਸਫਾਈਆਂ ਰਹਿ ਗਈਆਂ ਸੀ ਉਹ ਕਰ ਬਾਲਣ ਬੁਲਣ ਸਾਜਰ ਵੀਰਾ ਚੜਾ ਕੇ ਲਿਆਇਆ ਬਾਲਣ ਚੜਾ ਕੇ ਲਿਆਇਆ ਵਾ ਅਤੇ ਕਿਨਾਂ ਤੱਕ ਸੋਧੇ ਸੁਧੇ ਲੈ ਕੇ ਆਇਆ ਮੰਮਾ ਨੂੰ ਕੀ ਪਤਾ ਅੱਜ ਭਾਬੀ ਭਾਬੀਆਂ 'ਚੋਂ ਆ ਜਾਣ ਭਾਬੀ ਮਿਸ ਭਾ ਕਹਿੰਦੀ ਸੀ ਆ ਜਾਣਾ ਸੀ ਇੱਕ ਦਿਨ ਪਹਿਲਾਂ ਅਤੇ ਨੰਦਾ ਵਿੱਚੋਂ ਵੀ ਛਾਇਆ ਤਾਂ ਅੱਜ ਆ ਜਾਣ ਅਤੇ ਹੈ ਤਾਂ ਮੁਸ਼ਕਲ ਹੈ ਪੇਪਰ ਹੋਣ ਦੇ ਬੱਚਿਆਂ ਦੇ ਚਾਹ ਸਾਡੀ ਤਿਆਰ ਹੋ ਗਈ ਹੁਣ ਮੈਂ ਲਿਜਾ ਕੇ ਦਿੰਦੀ ਸਿਸਟਰ ਨੂੰ ਭਾਬੀ ਨੂੰ ਤਿਆਰ ਹੋਣ ਜਾ ਕੇ ਦਿੰਦੀ ਸਿਸਟਰ ਨੂੰ ਭਾਬੀ ਨੂੰ ਖੁਦ ਪੀਂਦੀ ਅਤੇ ਅੱਗੇ ਕੱਪ ਆ ਕੱਪ ਭਰ ਕੇ ਪੀਂਦੇ ਸੀ ਅਤੇ ਹੁਣ ਕੱਪ ਆਫ ਆ ਗਰਮੀ ਆ ਗਈ ਨਾ ਇੰਨੀ ਇੰਨੀ ਚਾਹ ਠੀਕ ਆ ਬਹੁਤ ਜ਼ਿਆਦਾ ਗਰਮੀ ਜ਼ਿਆਦਾ ਆ ਗਈ ਪਹਿਲਾਂ ਤਾਂ ਭਰ ਕੇ ਪੀ ਲਈ ਸੀ ਹੁਣ ਬਸ ਨਸ਼ੇ ਰੱਬਦਾ ਚਾਹ ਦੀ ਤਲਬ ਪੂਰੀ ਕਰਨੀ ਅਤੇ ਆਫ ਆਫ ਕੱਪ ਹੀ ਠੀਕ ਆ ਅਤੇ ਜਾ ਕੇ ਭਾਬੀ ਨਾਲ ਅਤੇ ਸਲੀਮ ਨੇ ਚਾਹ ਪੀ ਲਈ ਮੈਂ ਵੀ ਪੀ ਲਈ ਅਤੇ ਹੁਣ ਭਾਬੀ ਪੀਣ ਲਈ ਕਿਵੇਂ ਦੀ ਬਣੀ ਚਾਹ ਭਾਬੀ ਜ਼ਬਰਦਸਤ ਬਣੀ ਦਾਲਚੀਨੀ ਪਾਈ ਦਾਲਚੀਨੀ ਭਾਬੀ ਮੈਂ ਪੀਂਦੀ ਹੁੰਦੀ ਦਾਲਚੀਨੀ ਪਾ ਕੇ ਮੈਂ ਅਦਰਕ ਵਾਲੀ ਵੀ ਬਣਾਉਂਦੀ ਹੁੰਦੀ ਬਹੁਤ ਮਜ਼ੇਦਾਰ ਲੱਗਦੀ ਸੌਂਫ ਵਾਲੀ ਵੀ ਇਲਾਇਚੀ ਵਾਲੀ ਨਹੀਂ ਇੱਡੇ ਖਾਸ ਕਰ ਮੈਨੂੰ ਪਸੰਦ ਹੁੰਦੀ ਹੈ ਇਲਾਇਚੀ ਦਾ ਅਮਕ ਜਿਹਾ ਬਹੁਤ ਚੜਦਾ ਸਹੀ ਆ ਬਸ ਮੈਂ ਆਜ਼ਾਦੀ ਦਾਲਚੀਨੀ ਵਾਲੀ ਪਿੰਨੀ ਵੀ ਨਹੀਂ ਜਾ ਲਓ ਹੈ ਨਾ ਅਦਰਕ ਵਾਲੀ ਇਹ ਅਦਰਕ ਵਾਲੀ ਹਾਂਜੀ ਅੱਲਾ ਮੀਆਂ ਤੰਦਰੁਸਤੀ ਦੇ ਅੱਲਾ ਨੇ ਬਹੁਤ ਦੇਣਾ ਦੇਣਾ ਇਹ ਵੀ ਦਵਾ ਕਰਿਆ ਕਰੋ ਅੱਲਾ ਤੁਹਾਡੀ ਭੈਣ ਨੂੰ ਸਬਰ ਵੀ ਦੇਵੇ ਹਾਂਜੀ ਸਬਰ ਭਾਬੀ ਹੁੰਦਾ ਨਹੀਂ ਜਿਵੇਂ ਜਿਵੇਂ ਬੱਚੇ ਜਵਾਨ ਹੁੰਦੇ ਇਹਨਾਂ ਦੀਆਂ ਖੁਸ਼ੀਆਂ ਵੇਖ ਕੇ ਹੋਰ ਦਿਲ ਪਰੇਸ਼ਾਨ ਹੁੰਦਾ ਵੀ ਦਿਲ 'ਚ ਇਹ ਹੁੰਦੀ ਵੀ ਇਹਨਾਂ ਦਾ ਪਿਓ ਵੀ ਹੁੰਦਾ ਮੇਰੇ ਨਾਲ ਨਾਲ ਆਪਦੇ ਬੱਚਿਆਂ ਦੀਆਂ ਖੁਸ਼ੀਆਂ ਵੇਖਦਾ ਤੈਨੂੰ ਪਤਾ ਕੋਈ ਇਹੋ ਜਿਹੇ ਮੌਕੇ ਹਾਂਜੀ ਬਸ ਪੇਪਰ ਪੂਪਰ ਕਰਦੀਆਂ ਨਾ ਬੱਚੀਆਂ ਕਰਦੀਆਂ ਜਦੋਂ ਆ ਕੇ ਦੱਸਦੀਆਂ ਮੰਮਾ ਸਾਨੂੰ ਇੰਨੇ ਨੰਬਰ ਲੈ ਆਉਂਦਾ ਹੋਈ ਫਿਰ ਦਿਲ ਬਹੁਤ ਪਰੇਸ਼ਾਨ ਹੁੰਦਾ ਇਸ ਮੌਕੇ ਤੇ ਯਾਦ ਹੁੰਦੀ ਵੀ ਇਸ ਮੌਕੇ ਤੇ ਨਾਲ ਹੁੰਦਾ ਤੇ ਕਿੰਨਾ ਹੁੰਦਾ ਖੁਸ਼ੀ ਹੁੰਦੀ ਆਪਣੇ ਬੱਚਿਆਂ ਦੀ ਹਾਂਜੀ ਬੇਟੇ ਹਾਂਜੀ 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 ਕੀ ਲੈਣਾ ਸ਼ਾਮੀਆਂ ਆ ਜਾ ਫਿਰ ਇੱਧਰ ਇੱਧਰ ਦੇਖੋ ਫਿਰ ਕੀ ਲੈਣਾ ਹਾਂਜੀ 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 ਮੈਂ ਕਿਹਾ ਭਾਬੀ ਹੁਣੇ ਬਾਜ਼ਾਰੋਂ ਆਏ ਫਿਰਦੇ ਥੱਕ ਗਏ ਹੁਣੇ ਅਤੇ ਚਾਹ ਮੈਂ ਬਣਾ ਕੇ ਦਿੰਦੀ
चाहे मैं सोरी बनाउंदी आ काट काट के मजेदार हां जी तसलीम भी जानते करने हां जी वीडियो अगर तुम्हें पसंद आवे लाइक और शेयर करियो मैं भी लाजमी दसियो संदे ज्यादा अच्छा लागे।